ਨੰਬਰ 5 ਪਿਛਾ ਅਤੇ ਅਗਾਂਹ ਨੂੰ ਤੁਰਨਾ। ਸਿੰਕ ਵੱਲ ਨੂੰ ਇੱਕ ਪਾਸਾ ਕਰਕੇ ਖੜ੍ਹੇ ਹੋਵੋ, ਇੱਕ ਹੱਥ ਨਾਲ ਸਿੰਕ ਨੂੰ ਫੜਦੇ ਹੋਏ ਅੱਡੀਆਂ ਪਾਰ ਅਗਾਂਹ ਨੂੰ 2-3 ਕਦਮ ਤੁਰੋ, ਰੈਸਟ ਕਰੋ। ਪੰਜਿਆਂ ਪਾਰ ਪਿਛਾ ਨੂੰ 3-4 ਕਦਮ ਤੁਰੋ, ਰੈਸਟ ਕਰੋ। ਪੰਜੀਆਂ ਪਾਰ ਅਗਾਂਹ ਨੂੰ 3-5 ਕਦਮ ਤੁਰੋ, ਆਰਾਮ ਕਰੋ। ਅੱਡੀਆਂ ਪਾਰ ਪਿਛਾ ਨੂੰ 3-5 ਕਦਮ ਤੁਰੋ, ਰੈਸਟ ਕਰੋ। ਇਹਨਾਂ ਵਿੱਚੋਂ ਹਰ ਕਸਰਤ 2-3 ਵਾਰੀ ਹੋਰ ਕਰੋ। ਜੇ ਬਹੁਤ ਸੌਖਾ ਲੱਗੇ ਤਾਂ ਹੌਲੀ ਹੌਲੀ ਜ਼ਿਆਦਾ ਕਰੋ। ਹਰ ਸੇਧ ਨੂੰ 15 ਵਾਰੀ ਤੱਕ ਹੌਲੀ ਹੌਲੀ ਸਿੰਕ ਜਾਂ ਕਾਊਂਟਰ ਨੂੰ ਕੱਟ ਫੜੋ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ? ਅਗਰ ਹੋਰ ਕਰਨਾ ਚਾਹੋ ਤਾਂ ਅਗਲੀ ਕਸਰਤ ਵੱਲ ਚਲੋ।